ਸਾਵਧਾਨ ਘਰੋਂ ਇਕੱਲੇ ਨਾ ਨਿਕਲਿਓ ਬਾਹਰ, ਇਲਾਕੇ ਚ ਘੁੰਮ ਰਿਹਾ ਹੈ ਤੇਂਦੂਆ। ਜੀਵ ਸੁਰੱਖਿਆ ਵਿਭਾਗ ਨੇ ਲਾਇਆ ਪਿੰਜਰਾ। ਜੀ ਹਾਂ, ਇਲਾਕੇ ਦੇ ਵਿੱਚ ਇੱਕ ਵਾਰ ਫਿਰ ਤੋਂ ਤੇਂਦੂਏ ਦੀ ਹਲਚਲ ਨਜ਼ਰ ਆਈ ਹੈ। ਸੜਕ ਦੇ ਕੰਢੇ ਝਾੜੀਆਂ 'ਚ ਬੈਠਾ ਇਹ ਤੇਂਦੂਆ ਦਿਖਿਆ, ਜਿਸ ਤੋਂ ਬਾਅਦ ਜੀਵ ਵਿਭਾਗ ਦੇ ਵੱਲੋਂ ਹੁਣ ਝਾੜੀਆਂ ਦੇ ਵਿੱਚ ਪਿੰਜਰਾ ਲਗਾਇਆ ਗਿਆ ਹੈ, ਉਹ ਵੀ ਸ਼ਿਕਾਰ ਰੱਖ ਕੇ, ਅਤੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇਂਦੂਏ ਦਾ। ਜੀਵ ਵਿਭਾਗ ਦਾ ਕਹਿਣਾ ਹੈ ਕਿ ਜਦੋਂ ਵੀ ਜੰਗਲਾਂ ਦੇ ਵਿੱਚ ਛੇੜਛਾੜ ਹੁੰਦੀ ਹੈ ਤਾਂ ਫਿਰ ਜੰਗਲੀ ਜਾਨਵਰ ਵੀ ਆਬਾਦੀ ਵਾਲੇ ਪਾਸੇ ਨੂੰ ਰੁੱਖ ਕਰ ਲੈਂਦੇ ਨੇ, ਤੇ ਹੁਣ ਇਲਾਕਿਆਂ ਦੇ ਵਿੱਚ ਇਹ ਜੰਗਲੀ ਖੂੰਖਾਰ ਜਾਨਵਰ ਆਮ ਘੁੰਮਦੇ ਨਜ਼ਰ ਆਉਂਦੇ ਨੇ। ਤੇਂਦੂਏ ਦੀ ਗੱਲ ਕਰੀਏ ਤਾਂ ਹੁਣ ਤੱਕ ਕਈ ਥਾਵਾਂ ਤੇ ਤੇਂਦੂਆ ਦੇਖਿਆ ਗਿਆ ਹੈ, ਤੇਂਦੂਏ ਦੀ ਦਹਿਸ਼ਤ ਵੀ ਹੈ। ਪਰ ਹੁਣ ਜਿੱਥੋਂ ਦੀਆਂ ਤਸਵੀਰਾਂ ਸਾਹਮਣੇ ਆਈਆਂ, ਇੱਥੇ ਇਲਾਕੇ ਦੇ ਵਿੱਚ ਰਾਤ ਸਮੇਂ ਝਾੜੀਆਂ 'ਚ ਬੈਠਾ ਤੇਂਦੂਆ ਦੇਖ ਕੇ ਲੋਕ ਇੰਨਾ ਡਰ ਗਏ ਨੇ ਕਿ ਹੁਣ ਘਰੋਂ ਬਾਹਰ ਨਹੀਂ ਨਿਕਲ ਰਹੇ। ਹਾਲਾਂਕਿ ਇਸ ਬਾਬਤ ਜੀਵ ਸੁਰੱਖਿਆ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਹੈ, ਤੇ ਜੀਵ ਸੁਰੱਖਿਆ ਵਿਭਾਗ ਦੇ ਵੱਲੋਂ ਇੱਥੇ ਪਿੰਜਰਾ ਵੀ ਲਗਾਇਆ ਗਿਆ ਹੈ। ਸ਼ਿਕਾਰ ਰੱਖ ਕੇ ਪਿੰਜਰਾ ਰੱਖ ਦਿੱਤਾ ਗਿਆ ਹੈ, ਅਤੇ ਕਿਹਾ ਜਾ ਰਿਹਾ ਹੈ ਕਿ ਪਹਿਰਾ ਵੀ ਦਿੱਤਾ ਜਾ ਰਿਹਾ ਹੈ ਤਾਂ ਜੋ ਇਹ ਜੰਗਲੀ ਖੂੰਖਾਰ ਜਾਨਵਰ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕੇ। ਅਸੀਂ ਗੱਲ ਕਰ ਰਹੇ ਹਾਂ ਨਵਾਂ ਨੰਗਲ ਦੀ, ਜਿੱਥੇ ਸੈਕਟਰ 7 ਦੇ ਵਿੱਚ ਇੱਕ ਸੜਕ ਕਿਨਾਰੇ ਬੈਠੇ ਇਸ ਤੇਂਦੂਏ ਨੂੰ ਦੇਖਿਆ ਗਿਆ ਹੈ। ਕਾਰ ਚਾਲਕ ਦੇ ਵੱਲੋਂ ਉਸ ਦੀ ਵੀਡੀਓ ਵੀ ਬਣਾ ਲਈ ਗਈ। ਲੋਕਾਂ ਦੇ ਵਿੱਚ ਇਸ ਕਦਰ ਡਰ ਬੈਠ ਗਿਆ ਹੈ ਕਿ ਲੋਕ ਹੁਣ ਬਾਹਰ ਨਿਕਲਣ ਤੋਂ ਵੀ ਡਰ ਰਹੇ ਨੇ। ਸੈਕਟਰ 7 ਦੇ ਵਿੱਚ NFL ਦੇ ਗੈਸਟ ਹਾਊਸ ਦੇ ਨਜ਼ਦੀਕ ਹੀ ਝਾੜੀਆਂ ਦੇ ਵਿੱਚ ਇਸ ਖੂੰਖਾਰ ਤੇਂਦੂਏ ਨੂੰ ਦੇਖਿਆ ਗਿਆ ਹੈ। ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਹ ਤੇਂਦੂਆ ਝਾੜੀਆਂ ਤੋਂ ਨਿਕਲਦਾ ਹੋਇਆ ਇਤਿਹਾਸਿਕ ਗੁਰਦੁਆਰਾ ਸ਼੍ਰੀ ਵਿਭੋਰ ਸਾਹਿਬ ਵੱਲ ਵੀ ਜਾਂਦਾ ਨਜ਼ਰ ਆਇਆ ਹੈ। ਵੱਖ ਵੱਖ ਥਾਵਾਂ ਤੋਂ ਇਹ ਲੋਕਾਂ ਦੇ ਮੈਸੇਜ ਵੀ ਆਏ ਨੇ ਜੀਵ ਸੁਰੱਖਿਆ ਵਿਭਾਗ ਨੂੰ ਕਿ ਵੱਖ ਵੱਖ ਥਾਵਾਂ ਤੇ ਇਹ ਤੇਂਦੂਆ ਘੁੰਮਦਾ ਹੋਇਆ ਨਜ਼ਰ ਆਇਆ ਹੈ, ਜਿਸ ਕਰਕੇ ਹੁਣ ਜੀਵ ਸੁਰੱਖਿਆ ਵਿਭਾਗ ਦੇ ਵੱਲੋਂ ਪਿੰਜਰਾ ਲਗਾ ਕੇ ਟ੍ਰੈਪ ਲਗਾਇਆ ਗਿਆ ਹੈ ਤਾਂ ਜੋ ਤੇਂਦੂਏ ਨੂੰ ਫੜਿਆ ਜਾ ਸਕੇ। ਪਰ ਨਾਲ ਹੀ ਇੱਥੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਲੋਕ ਰਾਤ ਸਮੇਂ ਹਨੇਰੇ ਵੇਲੇ ਇਕੱਲੇ ਘਰੋਂ ਬਾਹਰ ਨਾ ਨਿਕਲਣ, ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਨਾਲ ਹੀ ਇੱਥੇ ਜੰਗਲਾਤ ਵਿਭਾਗ ਦੇ ਵੱਲੋਂ ਵੀ ਪਹਿਰਾ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ। ਮੈਂ ਰਾਜੀਵ ਕੁਮਾਰ, ਬਲਾਕ ਅਫਸਰ। ਮੈਨੂੰ ਸਵੇਰੇ ਸੁਬਹਾ ਰੇਂਜ ਅਫਸਰ ਦਾ ਫੋਨ ਆਇਆ ਜੀ ਕਿ NFL ਦੇ ਗੈਸਟ ਹਾਊਸ ਦੇ ਨੇੜੇ ਤੇਂਦੂਆ ਆਏ, ਅਤੇ ਅਸੀਂ ਮੌਕੇ 'ਤੇ ਆਪਣੀ ਟੀਮ ਨੂੰ ਨਾਲ ਲੈ ਕੇ ਆਏ ਜੀ, ਅਤੇ ਇੱਥੇ ਜਿਹੜੇ ਬੰਦੇ ਨੇ ਤੇਂਦੂਆ ਦੇਖਿਆ ਸੀ ਉਸ ਨਾਲ ਸੰਪਰਕ ਕੀਤਾ ਗਿਆ, ਅਤੇ ਅਸੀਂ ਮੌਕੇ ਦੇਖਿਆ ਗਿਆ ਇਹਦੇ 'ਤੇ ਨਿਸ਼ਾਨ ਦੇਖੇ ਗਏ, ਅਤੇ ਮਤਲਬ ਤੇਂਦੂਆ ਦੇ, ਅਤੇ ਮੌਕੇ 'ਤੇ ਅਸੀਂ ਪਿੰਜਰਾ ਲਿਆ ਕੇ ਲਾਇਆ ਜੀ। ਨੰਗਲ NFL 'ਚੋਂ ਆਈ ਸੀ ਸਾਨੂੰ ਇੱਕ ਵਾਰੀ, ਅਤੇ ਉੱਥੇ ਹੀ ਪਿੰਜਰਾ ਲਗਾਤਾ ਸੀ। ਮੈਸੇਜ ਇਹੀ ਹੈ ਲੋਕਾਂ ਨੂੰ, ਅਪੀਲ ਹੈ ਵੀ ਰਾਤ ਨੂੰ ਨਿਕਲਣ ਵੇਲੇ ਆਪਣੇ ਟੋਰਚ ਰੱਖਿਆ ਅਤੇ ਨਾਲ ਆਪਣੇ ਸੋਠੀ ਲੈ ਕੇ, ਅਤੇ ਇਸ ਤਰ੍ਹਾਂ ਡਰਨ ਦੀ ਕੋਈ ਲੋੜ ਨਹੀਂ ਹੈ। ਅਤੇ ਅਸੀਂ ਸਾਡੀ ਰਾਤ ਨੂੰ ਵੀ ਗਸ਼ਤ ਜਾਰੀ ਹੈ ਜੀ, ਪੂਰੀ ਸਾਡੀ ਟੀਮ ਇਹਦੀ ਗਸ਼ਤ ਕਰ ਰਹੀ ਹੈ। ਮੇਰਾ ਨਾਂ ਸ਼ਾਮ ਸਿੰਘ ਹੈ ਜੀ, ਹੰਡੋਲਾ ਮੇਰਾ ਪਿੰਡ ਹੈ। ਸਵੇਰੇ ਅਸੀਂ ਜਨ ਸ਼ਤਾਬਦੀ ਦੇ ਵਿੱਚ ਬੇਟੇ ਨੂੰ ਚੜ੍ਹਾਉਣ ਲਈ, ਮੈਂ ਇੱਕ ਮੇਰੇ ਨਾਲ ਦੋਸਤ ਸੀਗੇ ਪਿੰਡ ਤੋਂ, ਉਹਨਾਂ ਨੂੰ ਲੈ ਕੇ ਅਸੀਂ ਗਏ ਸੀ। ਜਦੋਂ ਵਾਪਸੀ ਮੈਂ ਆਇਆ ਬੇਟੇ ਨੂੰ ਗੱਡੀ ਟ੍ਰੇਨ ਬਿਠਾਉਣ ਤੋਂ ਬਾਅਦ, ਅਤੇ ਜਦੋਂ ਮੇਰੀ ਨਜ਼ਰ ਇੱਕਦਮ ਕ੍ਰੋਸ ਕਰਦੇ ਹੋਏ ਇਹਦੇ 'ਤੇ ਪਈ ਤੇਂਦੂਏ 'ਤੇ, ਅਸੀਂ ਅੱਗੇ ਜਾ ਕੇ ਫਿਰ ਗੱਡੀ ਮੋੜ ਕੇ ਲਿਆਏ। ਗੱਡੀ ਮੋੜ ਕੇ ਅਸੀਂ ਤੇ ਸਾਹਮਣੇ ਖੜੀ ਕੀਤੀ ਹੈ ਜਿਸ ਸਪੋਟ 'ਤੇ ਅਸੀਂ ਖੜੇ ਹੋਏ ਹਾਂ, ਬਿਲਕੁਲ ਮੇਰੇ ਪਿੱਛੇ ਹਾਈਟ 'ਤੇ ਸਾਹਮਣੇ ਤੇਂਦੂਆ ਬੈਠਾ ਰਿਹਾ ਸੀ, ਔਰ ਰੈਗੂਲਰ ਉਹ ਉਸੇ ਪੋਜੀਸ਼ਨ 'ਚ ਬੈਠਾ ਰਿਹਾ ਬੜੀ ਦੇਰ ਤੱਕ ਉਹ। ਅਤੇ ਜਦੋਂ ਮੈਂ ਦੇਖਿਆ ਤਾਂ ਮੈਨੂੰ ਸਾਥੀ ਨੂੰ ਕਿਹਾ, ਮੈਂ ਯਾਰ ਵੀਡੀਓ ਬਣਾ ਇਹਦੀ, ਅਤੇ ਮੈਨੂੰ ਫਿਰ ਕਿਸੇ ਨੂੰ ਮੈਂ ਦੱਸਦਾ ਤਾਂ ਕਿ ਹੋਰ ਜਿਹੜੇ ਆਉਣ ਜਾਣ ਵਾਲੇ ਬੰਦੇ ਹੈ ਉਹਨਾਂ ਨੂੰ ਪਤਾ ਲੱਗੇ ਕਿ ਕਿਸੇ 'ਤੇ ਕੋਈ ਅਟੈਕ ਨਾ ਕਰੇ, ਕੋਈ ਪ੍ਰੋਬਲਮ ਨਾ ਆਵੇ ਇਹਨੂੰ, ਕਿਸੇ ਆਮ ਨਾਗਰਿਕ। ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇੱਕ ਹੋਰ ਵੀ ਸੀਗਾ ਵੀ ਜਿੱਦਾਂ ਸਾਡੇ
ਲੋਕਲ ਜਿਹੜੇ ਲੋਕ ਹੈਗੇ ਨੇ, ਕਿਉਂਕਿ ਮੈਂ ਇਸ ਰਸਤੇ ਤੋਂ ਰੋਜ਼ ਅਪ ਡਾਊਨ ਕਰਦਾ ਜਾਂਦਾ, ਮੈਂ ਇੱਥੋਂ ਮੋਹਾਲੀ ਜਾਂਦਾ, ਮੋਹਾਲੀ ਤੋਂ ਮੈਂ ਡੇਲੀ ਵਾਪਸ ਆਉਂਦਾ, ਅਤੇ ਮੇਰੇ ਵਰਗੇ ਹੋਰ ਕਈ ਬੰਦੇ ਆਉਂਦੇ ਜਾਂਦੇ ਨੇ। ਉਸਦੇ ਦੌਰਾਨ ਮੈਂ ਇੱਕ ਹੋਰ ਚੀਜ਼ਾਂ ਦੇਖੀਆਂ ਕਿ ਕਈ ਜਿਹੜੇ ਇੱਥੋਂ ਦੇ ਲੋਕਲ ਲੋਕ ਹੈ ਉਹ ਆਪਣੇ ਪਸ਼ੂ ਜਿਹੜੇ ਇੱਥੋਂ ਛੱਡਦੇ ਆ, ਉਹ ਗਾਈਆਂ ਲੈ ਕੇ ਜਾ ਰਹੇ ਕੋਈ ਕੁਛ ਹੈ, ਅਤੇ ਮੈਨੂੰ ਮੇਰਾ ਸੈਰ ਕਰਨ ਦੇ ਵੀ ਅਰਲੀ ਮੋਰਨਿੰਗ ਇੱਥੇ ਲੋਕ ਜਿਹੜੀ ਸੈਰ ਕਰਦੇ ਆ। ਅਤੇ ਉਹਦਾ ਮਕਸਦ ਇਹ ਸੀਗਾ, ਉਸ ਵੀਡੀਓ ਨੂੰ ਜਿਹੜਾ ਮੈਂ ਪ੍ਰੈਸ ਨੂੰ ਵੀ ਭੇਜਿਆ, ਉਹਦਾ ਕਾਰਨ ਇਹ ਸੀ ਕਿ ਸਾਰੇ ਲੋਕ ਅਵੇਅਰ ਹੋਣ, ਤਾਂ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਜਾਨੀ ਮਾਲ ਦਾ। ਸੋ ਇਹਦੇ ਕੋਈ ਹੋਰ ਪਰਪਜ਼ ਨਹੀਂ ਸੀਗਾ ਕਿ ਅਸੀਂ ਕਿਸੇ ਨੂੰ ਕੁਛ ਹੋਰ ਦਿਖਾਉਣਾ ਸੀਗਾ।